ਗਲੋਬਲ ਪਰਿਵਾਰ ਵੱਲੋਂ ਇੱਕ ਹੋਰ ਨਿਊਟ੍ਰੀਸ਼ਨ ਸੈਂਟਰ ਬ੍ਰਾਂਚ ਧੂਰੀ ਵਿਖੇ ਓਪਨ ਕੀਤਾ ਗਿਆ। ਇੱਕ ਖੁਸ਼ਹਾਲ ਤੇ ਤੰਦਰੁਸਤ ਪਰਿਵਾਰ ਦੇ ਵਿਕਾਸ ਦੇ ਲਈ ਧੂਰੀ ਵਿਖੇ ਨਿਊ ਬ੍ਰਾਂਚ ਕਰਤਾਰ ਨਿਊਟ੍ਰੀਸ਼ਨ ਸੈਂਟਰ ਖੋਲਿਆ ਗਿਆ, ਜਿਸ ਦਾ ਉਦਘਾਟਨ ਡਾਕਟਰ ਪਰਮਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ ਤੇ ਇਸ ਸੈਂਟਰ ਦੇ ਕੋਚ ਮੈਡਮ ਮਨਪ੍ਰੀਤ ਕੌਰ ਜੀ ਦੁਆਰਾ ਇੰਟਰਵਿਊ ਦਿੰਦੇ ਕਿਹਾ ਗਿਆ ਕਿ ਅਸੀਂ ਬਾਹਰ ਦੇ ਫਾਸਟ ਫੂਡ ਤੋਂ ਹਟਾ ਕੇ ਲੋਕਾਂ ਨੂੰ ਘਰ ਦੀ ਰਸੋਈ ਨਾਲ ਜੋੜਦੇ ਹਾਂ। ਘਰ ਦੀ ਹੀ ਡਾਇਟ ਲੈ ਕੇ ਵੇਟ ਘਟਾ ਜਾਂ ਵਧਾ ਸਕਦੇ ਹੋ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਉੱਥੇ ਹੀ ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਸਰਦਾਰ ਗੁਰਧਿਆਨ ਸਿੰਘ ਜੀ ਨੇ ਦੱਸਿਆ ਕਿ ਇਹ ਡਾਇਟ ਹਰ ਬਿਮਾਰੀ ਦਾ ਇਲਾਜ ਕਰਦੀ ਹੈ। ਮੈਨੂੰ ਵੀ ਕੁਝ ਬਿਮਾਰੀਆਂ ਸੀ ਜੋ ਇਸ ਡਾਇਟ ਨੂੰ ਲੈਣ ਨਾਲ ਬਿਨਾਂ ਦਵਾਈਆਂ ਤੋਂ ਠੀਕ ਹੋ ਗਈਆਂ। ਵਾਹਿਗੁਰੂ ਜੀ ਘਰ ਜੀ ਦੇ ਦਿਲ ਨੂੰ ਲਾਏ ਵਿਟਾਮੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ ਪਰਮਾਤਮਾ ਕਰੇ ਕਿ ਇਹਨਾਂ ਦਾ ਆਉਣ ਵਾਲਾ ਭਵਿੱਖ ਬਹੁਤ ਵਧੀਆ ਹੋਵੇ, ਬੜੇ ਸਾਰੇ ਲੋਕਾਂ ਨੂੰ ਇਹ ਸਰਵਿਸ ਪਹੁੰਚਾਉਣ। ਸੋ ਥੈਂਕ ਯੂ। ਮੇਰਾ ਨਾਮ ਪਰਮਿੰਦਰ ਸਿੰਘ ਹੈ। ਸਰ ਅੱਜ ਤੁਹਾਡੇ ਗਲੋਬਲ ਪਰਿਵਾਰ ਦੇ ਵਿੱਚ ਨਵੀਂ ਬ੍ਰਾਂਚ ਖੁੱਲੀ ਹੈ ਧੂਰੀ ਵਿਖੇ, ਤੁਸੀਂ ਜਦੋਂ ਉਹਨਾਂ ਦਾ ਉਦਘਾਟਨ ਕਰਨਾ, ਮੁੱਖ ਮਹਿਮਾਨ ਨੂੰ ਕੀ ਕਹਿਣਾ ਚਾਹੋਗੇ? ਸਰ ਬਹੁਤ ਵਧੀਆ ਲੱਗ ਰਿਹਾ। ਪਹਿਲਾਂ ਤਾਂ ਅਸੀਂ ਇਸ ਜਿੰਨੇ ਵੀ ਆਪਣੇ ਧੂਰੀ ਪਰਿਵਾਰ ਦੇ ਵਿੱਚ ਇੱਥੇ ਪਰਸਨ ਆਏ ਹੋਏ ਨੇ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਗਲੋਬਲ ਪਰਿਵਾਰ ਅਸੀਂ ਤਕਰੀਬਨ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ। ਸਾਡਾ ਜਿਹੜਾ ਮੇਨ ਮੋਟੋ ਕੀ ਹੈ ਕਿ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ, ਉਹਨਾਂ ਦੀ ਸਿਹਤ ਨੂੰ ਲੈ ਕੇ, ਉਹਨਾਂ ਦੀਆਂ ਖੁਸ਼ੀਆਂ ਨੂੰ ਲੈ ਕੇ। ਅੱਜ ਦੀ ਡੇਟ 'ਚ ਤੁਹਾਨੂੰ ਪਤਾ ਕਿ ਕਿੱਦਾਂ ਦਾ ਮਾਹੌਲ ਹੈ, ਬਹੁਤ ਸਾਰੇ ਲੋਕ ਜਿਹੜੇ ਸਿਹਤਾਂ ਜਿਹਨਾਂ ਦੀਆਂ ਖਰਾਬ ਨੇ, ਅਸੀਂ ਧਿਆਨ ਦਿੰਦੇ ਹਾਂ ਉਹਨਾਂ ਦੇ ਕਿਵੇਂ ਉਹਨੂੰ ਖਾਣੇ ਨੂੰ ਸਹੀ ਕਰਕੇ, ਉਹਨਾਂ ਦੀ ਖੁਰਾਕ ਨੂੰ ਸਹੀ ਕਰਕੇ। ਤਾਂ ਸਾਡਾ ਜਾਣੀ ਕਿ ਪਰਿਵਾਰ ਕਾਫੀ ਜ਼ਿਆਦਾ ਵੱਡਾ ਹੋ ਰਿਹਾ ਡੇ ਬਾਈ ਡੇ, ਐਂਡ ਅਸੀਂ ਧੂਰੀ ਦੇ ਵਿੱਚ ਸਾਡੀ ਡਿਮਾਂਡ ਸੀਗੀ, ਐਂਡ ਅੱਜ ਅਸੀਂ ਹੁਣ ਧੂਰੀ ਦੇ ਵਿੱਚ ਵੀ ਆਪਣਾ ਨਵਾਂ ਸੈਂਟਰ ਦਾ ਉਦਘਾਟਨ ਕਰਨ ਜਾ ਰਹੇ। ਜੇ ਸਰ ਆਪਾਂ ਗੱਲ ਕਰੀਏ ਗਲੋਬਲ ਪਰਿਵਾਰ ਦੀ, ਕੁਛ ਨਾ ਕੁਛ ਸਦਮਾ ਲੱਗਦਾ ਹੁੰਦਾ ਤੁਸੀਂ ਇਸ ਨਾਲ ਜੁੜੇ ਹੋਏ ਹੋ, ਤਾਂ ਤੁਹਾਡਾ ਕੋਈ ਮੇਨ ਮੋਟਿਵ ਜਾਂ ਤੁਹਾਡਾ ਕੋਈ ਇਨਸੀਡੈਂਟ ਜਾਂ ਜਿਸ ਨਾਲ ਤੁਸੀਂ ਪ੍ਰਭਾਵਿਤ ਹੋਏ? ਸਰ ਸਾਡਾ ਮੇਨ ਚੀਜ਼ ਕੀ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀ ਵੱਧ ਡਿਮਾਂਡ ਕੀ ਦੀ ਹੈ, ਅਵੇਅਰਨੈਸ ਦੀ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਜਿੰਨੀਆਂ ਵੀ ਪ੍ਰੋਬਲਮਾਂ ਨੇ, ਅਗਰ ਆਪਾਂ ਬਿਮਾਰੀਆਂ ਦੀ ਵੀ ਗੱਲ ਕਰੀਏ, ਜ਼ਿਆਦਾਤਰ ਲਾਈਫ ਸਟਾਈਲ ਇਸ਼ੂ ਨੇ, ਜਿੰਨੀਆਂ ਸ਼ੂਗਰ ਜਾਂ ਬੀਪੀ, ਇਹ ਸਾਰੀਆਂ ਬਿਮਾਰੀਆਂ ਆਪਣੀ ਲਾਈਫ ਸਟਾਈਲ ਆ, ਆਪਣੇ ਆਪ ਦੇ ਖਾਣੇ ਪੀਣੇ ਕਰਕੇ ਆ ਰਹੀਆਂ ਆਪਣੀ ਜ਼ਿੰਦਗੀ ਦੇ ਵਿੱਚ। ਐਂਡ ਅਸੀਂ ਚਾਹੁੰਦੇ ਹਾਂ ਕਿਉਂ ਨਾ ਆਪਾਂ ਖਾਣੇ ਪੀਣੇ 'ਤੇ ਹੀ ਕੰਮ ਕਰੀਏ, ਕਿਉਂਕਿ ਜਿਹੜੀਆਂ ਪ੍ਰੋਬਲਮਾਂ ਦਾ ਕਾਰਨ ਆਪਣਾ ਖਾਣਾ ਪੀਣਾ ਜਾਂ ਆਪਣਾ ਰਹਿਣ ਸਹਿਣ ਆ, ਆਪਾਂ ਸੈਰ ਸਪਾਟਾ ਨਹੀਂ ਕਰਦੇ ਹੈਗੇ, ਸਾਰੀਆਂ ਚੀਜ਼ਾਂ ਨੂੰ ਸਿਖਾਇਆ ਜਾਵੇ, ਲੋਕਾਂ ਨੂੰ ਟ੍ਰਿਗਰ ਕੀਤਾ ਜਾਵੇ, ਤਾਂ ਸਾਡਾ ਜਿਹੜਾ ਮੇਨ ਮੋਟਿਵ ਇਹੀ ਹੈ ਕਿ ਲੋਕਾਂ ਨੂੰ ਉਹਦੇ ਲਾਈਫ ਸਟਾਈਲ ਨੂੰ, ਜੀਵਨ ਸ਼ੈਲੀ ਨੂੰ ਚੇਂਜ ਕੀਤਾ ਜਾਵੇ ਜੀ ਲੋਕਾਂ ਦੀ। ਸਰ ਲਗਭਗ ਕਿੰਨੇ ਕੁ ਬ੍ਰਾਂਚਸ ਪੰਜਾਬ ਦੇ ਵਿੱਚ ਓਪਨ ਹੋਈਆਂ? ਸਰ ਤਕਰੀਬਨ ਸਾਡੀ ਇਹ 14ਵੀਂ ਬ੍ਰਾਂਚ ਹੈ,
ਇਸ ਟਾਈਮ ਜਿਹੜਾ ਅਸੀਂ ਇਸ ਜਗ੍ਹਾ ਦੇ ਉੱਪਰ ਧੂਰੀ ਦੇ ਵਿੱਚ ਓਪਨ ਕਰਨ ਜਾ ਰਹੇ ਹਾਂ। ਐਂਡ ਇਹ ਕੋਈ ਛੋਟਾ ਕਾਫਲਾ ਨਹੀਂ ਹੈਗਾ, ਬਹੁਤ ਵੱਡਾ ਕਾਫਲਾ। ਡੇ ਬਾਏ ਡੇ ਬਹੁਤ ਜ਼ਿਆਦਾ ਲੋਕਾਂ ਦੀ ਸਿਹਤ ਦੇ ਉੱਪਰ ਕੰਮ ਹੋ ਰਿਹਾ, ਯਾਨੀ ਕਿ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਸਾਡੇ ਕੋਲ ਅਗਰ ਅਸੀਂ ਓਵਰਆਲ ਰਿਜ਼ਲਟ ਦੀ ਵੀ ਗੱਲ ਕਰੀਏ, ਜੇ ਕੋਈ ਵੇਟ ਲੋਸ ਨੂੰ ਲੈ ਕੇ ਵੀ ਹੈ, ਤਾਂ ਸਾਡੇ ਕੋਲ ਤਕਰੀਬਨ ਇਹ ਲਾ ਲਓ ਵੀ ਲੇਡੀਜ਼ ਦੇ ਵਿੱਚ ਸਾਡੇ ਕੋਲ ਹਾਈਐਸਟ ਇੱਕ ਲੇਡੀਜ਼ ਹੈ ਜਿਨ੍ਹਾਂ ਨੇ 50 ਕਿਲੋ ਆਪਣਾ ਵੇਟ ਘੱਟ ਕੀਤਾ, ਠੀਕ ਹੈ ਜੀ। ਐਂਡ ਜੈਂਟਸ ਦੇ ਵਿੱਚ ਵੀ ਸਾਡੇ ਕੋਲ ਇੱਕ ਲੜਕਾ ਜਿਹਨੇ 76 ਕਿਲੋ ਵੇਟ ਘੱਟ ਕੀਤਾ, ਯਾਨੀ ਕਿ ਇਹ ਚੀਜ਼ਾਂ ਕਈ ਵਾਰੀ ਆਪਣੀ ਸੋਚ ਤੋਂ ਵੀ ਪਰੇ ਦੀਆਂ ਹੋ ਜਾਂਦੀਆਂ, ਵਿਸ਼ਵਾਸ ਕਰਨਾ ਵੀ ਮੁਸ਼ਕਲ ਹੋ ਜਾਂਦਾ। ਬਟ ਜਿਹੜੀ ਸਾਡੀ ਫੈਮਿਲੀ ਡੇ ਬਾਈ ਡੇ ਸਾਡੇ ਨਾਲ ਇਸ ਪਰਿਵਾਰ ਦੇ ਵਿੱਚ ਹੈਗੇ ਨੇ, ਉਹਨਾਂ ਦਾ ਵਿਸ਼ਵਾਸ ਬਹੁਤ ਜ਼ਿਆਦਾ ਦ੍ਰਿੜ ਹੈ, ਡੇ ਬਾਈ ਡੇ ਉਹ ਆਪਣੀ ਸਿਹਤ ਦੇ ਉੱਪਰ ਕੰਮ। ਯਾਨੀ ਕਿ ਮੰਨ ਲਓ ਇੱਕ ਹੈਲਥ ਇੰਡਸਟਰੀ ਉਹ ਅਲੱਗ ਆ ਗਈ, ਸਾਡਾ ਅਸੀਂ ਵੈਲਨੈਸ ਇੰਡਸਟਰੀ ਦੇ ਤਹਿਤ ਅਸੀਂ ਕੰਮ ਕਰਦੇ ਹਾਂ। ਐਂਡ ਨੈਚੁਰਲੀ ਤੌਰ 'ਤੇ ਇੱਕ ਚੀਜ਼ ਤਾਂ ਆਪਣੀ ਮੰਨਣੀ ਪਊਗੀ, ਜੇ ਆਪਾਂ ਆਪਣੇ ਖਾਣੇ 'ਚ ਸੁਧਾਰ ਕਰੀਏ, ਅੱਜ ਜਿਨ੍ਹਾਂ ਦਾ ਪੇਟ ਵਧਿਆ ਹੋਇਆ, ਮੋਟਾਪਾ ਜ਼ਿਆਦਾ, ਨੈਚੁਰਲੀ ਤੌਰ 'ਤੇ ਉਹ ਇੱਕ ਵੱਡੀ ਬਿਮਾਰੀ ਹੋਈ ਆ, ਉਹ 103 ਤਰ੍ਹਾਂ ਦੀਆਂ ਬਿਮਾਰੀਆਂ ਆਪਦੇ ਅੰਦਰ ਲੈ ਕੇ ਆਉਂਦੀ ਆ ਉਹ, ਠੀਕ ਹੈ ਜੀ। ਐਂਡ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ 'ਤੇ ਕਵਰ ਕਰਾਂਗੇ, ਖੁਸ਼ ਤੰਦਰੁਸਤ ਰਹਾਂਗੇ। ਸਾਡਾ ਮੇਨ ਮੈਸੇਜ ਤਾਂ ਇਹੀ ਹੈ ਜੀ, ਦੇਖੋ ਇਹ ਇੱਕ ਮਿਸ਼ਨ ਹੈ ਜਿਹਦੇ ਤਹਿਤ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ, ਰਾਈਟ। ਐਂਡ ਬੜੇ ਸਾਰੇ ਲੋਕ ਆ ਜਿਹੜੇ ਆਪਣੇ ਆਲੇ ਦੁਆਲੇ ਇਹੋ ਜਿਹੇ ਜਿਨ੍ਹਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਚੰਗੀ ਸਿਹਤ ਦੀ ਜ਼ਰੂਰਤ ਹੈ, ਚੰਗੀ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦੀ ਜ਼ਰੂਰਤ ਹੈ, ਤਾਂ ਕਿੰਨੇ ਸਾਰੇ ਆਪਾਂ ਆਪਣੇ ਯਾਨੀ ਕਿ ਨੇੜਲੇ ਲੋਕ ਗੁਆ ਚੁੱਕੇ ਹਾਂ ਖਰਾਬ ਸਿਹਤਾਂ ਕਰਕੇ, ਗੁਰਦੇ ਖਰਾਬ, ਹੋਰ ਬੜੀਆਂ ਸਾਰੀਆਂ ਦਿੱਕਤਾਂ। ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ, ਕਿਉਂ ਨਾ ਅੱਜ ਆਪਾਂ ਸਮਾਂ ਰਹਿੰਦੇ ਆਪਣੀ ਸਿਹਤ ਦੇ ਉੱਪਰ ਕੰਮ ਕਰੀਏ। ਯਾਨੀ ਕਿ ਸਾਡਾ ਇੱਕ ਮੰਨਣਾ ਕਿ ਆਪਾਂ ਬਿਮਾਰ ਹੋਣ ਤੋਂ ਬਾਅਦ 'ਚ ਖਰਚਾ ਕਰਨ ਨਾਲੋਂ ਅਗਰ ਆਪਾਂ ਪਹਿਲਾਂ ਖਰਚਾ ਕਰੀਏ, ਇਨਵੈਸਟਮੈਂਟ ਮੈਂ ਕਹਿ ਸਕਦੇ ਆਪਾਂ ਉਹਨਾਂ ਨੂੰ ਉਸ ਚੀਜ਼ ਨੂੰ, ਤਾਂ ਜਿਹਦੇ ਨਾਲ ਆਪਾਂ ਆਪਣੇ ਆਉਣ ਵਾਲੀ ਜ਼ਿੰਦਗੀ ਨੂੰ ਵਧੀਆ ਕਰ ਸਕਦੇ। ਸੋ ਇਹੀ ਮੇਰਾ ਮੈਸੇਜ ਹੈ। ਮੇਰਾ ਨਾਮ ਗੁਰਧਿਆਨ ਸਿੰਘ ਜੀ, ਬਰਨਾਲੇ ਤੋਂ। ਮੈਨੂੰ ਪਹਿਲਾਂ ਦਰੰਗ ਦੀ ਸ਼ਿਕਾਇਤ ਆ ਗਈ ਸੀ, ਮੈਂ ਇਹਨੂੰ ਜੁਆਇਨ ਕੀਤਾ 1.5 ਸਾਲ ਪਹਿਲਾਂ, ਅਤੇ ਮੈਨੂੰ ਦਰੰਗ ਦੀ ਠੀਕ ਹੋਇਆ, ਅਤੇ ਚੈਸਟ ਦੀ ਦਿੱਕਤ ਸੀ ਠੀਕ ਹੋਈ, ਯੂਰਿਕ ਐਸਿਡ ਦੀ ਹਰਨੀਆਂ ਦੀ ਦਿੱਕਤ ਸੀ ਉਹਨੂੰ ਠੀਕ ਹੋਈ, 16 ਕਿਲੋ ਮੈਂ ਵੇਟ ਘਟਾਇਆ ਜੀ। ਅਤੇ ਖਾਣ ਪੀਣ ਨਾਲ ਹੀ ਠੀਕ ਹੁੰਦਾ ਹਰ ਬੰਦਾ, ਕੋਈ ਦਵਾਈ ਦੀ ਲੋੜ ਨਹੀਂ ਇਹ 'ਚ ਜੀ। ਅਤੇ ਦਵਾ ਖਾਣ ਪੀਣ ਅਤੇ ਮਾੜੀ ਮੋਟੀ ਜਿਹੜੀ ਐਕਸਰਸਾਈਜ਼ ਕਰਨੀ ਹੁੰਦੀ ਉਹ ਕਰ ਲਈ ਸੀ ਜੀ, ਅਤੇ ਹੁਣ ਸਰੀਰ ਪੂਰਾ ਨੋਰਮਲ ਹੈ, ਐਕਟਿਵ ਹੈ ਪੂਰਾ, ਕੰਮ ਕਰਨ ਜੀ ਕਰਦਾ ਜੀ, ਕੰਮ ਕਰਨ ਕੰਮ ਤਾਂ ਪੂਰਾ ਥੱਕਦਾ ਹੀ ਨਹੀਂ ਜਿਹਾ ਜੀ। 12 ਘੰਟੇ ਇਹ ਬੈਨੀਫਿਟ ਕੀ ਹੈ ਜੀ, ਜੇ ਤੰਦਰੁਸਤ ਬੰਦਾ ਲੈ ਜਾਂਦਾ ਬਿਮਾਰੀ ਨਹੀਂ ਹੁੰਦਾ, ਜੇ ਬਿਮਾਰ ਬੰਦਾ ਲੈਣ ਲੱਗ ਜਾਂਦਾ ਤੰਦਰੁਸਤ ਹੋ ਜਾਂਦਾ ਜੀ। ਇਹ ਆਪਣੇ ਆਪਣੇ ਖੁਰਾਕ ਵਧੀਆ, ਜਿਹੜੀ ਸਰੀਰ ਨੂੰ ਜਿੰਨੀ ਕੁ ਲੋੜ ਆ ਵਧੀਆ ਟੋਪ ਦੀ ਖੁਰਾਕ ਹੈ ਉਹ ਖੁਰਾਕ ਹੈ, ਬਾਕੀ ਜਿਹੜੇ ਘਰੇ ਖੁਰਾਕ ਆਪਾਂ ਕੋਈ ਵੀ ਖਾਂਦੇ ਤਾਂ ਆਪਾਂ ਘਰੇ ਵਧੀਆ, ਉਹ ਆਪਾਂ ਨੂੰ ਵਿਧੀ ਵਿਧਾਨ ਨਹੀਂ ਢੰਗ ਠੀਕ ਹੁੰਦਾ ਵੀ ਕਦੋਂ ਖਾਣਾ ਕਦੋਂ ਨਹੀਂ ਖਾਣਾ ਜੀ, ਉਹ ਢੰਗ ਨਾਲ ਖਾਧਾ ਪੀਤਾ ਜਾਂਦਾ ਤਾਂ ਸਰੀਰ ਨੋਰਮਲ ਹੋ ਜਾਂਦਾ ਤੰਦਰੁਸਤ ਹੋ ਜਾਂਦਾ, ਓਵਰ ਵੇਟ ਦਾ ਵੇਟ ਘੱਟ ਵੀ ਜਾਂਦਾ, ਘੱਟ ਵੇਟ ਦਾ ਵੇਟ ਵੱਧ ਵੀ ਜਾਂਦਾ, ਸਾਰਾ ਕੁਛ ਸੈੱਟ ਹੋ ਜਾਂਦਾ। ਲਗਭਗ ਕਿੰਨੀ ਕੁ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੈ? ਇਹ ਬਿਮਾਰੀਆਂ ਸਾਰੀਆਂ ਝਾੜ ਦਿੰਦਾ ਜੀ, ਜਿੰਨੀਆਂ ਕੈਂਸਰ ਤੱਕ ਦੇ ਮਰੀਜ਼ ਠੀਕ ਹੋਏ, ਪਰ ਇਹ ਦਾਵਾ ਨਹੀਂ ਕਰਦੀ ਕੰਪਨੀ ਵਿੱਚ ਬਿਮਾਰੀ ਠੀਕ ਕਰਦੇ ਹਾਂ, ਇਹ ਤਾਂ ਸਰੀਰ ਉੱਤੇ ਡਾਇਟ ਨਾਲ ਹੀ ਅਗਲੇ ਨੂੰ ਅਵੇਅਰ ਕਰਦੇ ਨੇ, ਤੁਸੀਂ ਇਹ ਖਾਓ ਅਤੇ ਉਹਦੇ ਨਾਲ ਠੀਕ ਹੋ ਜਾਂਦਾ ਬੰਦਾ, ਪਰ ਕੰਪਨੀ ਵਾਧਾ ਨਹੀਂ ਕਰਦੀ।